ਮੁਸ਼ਕਿਲ ਨਹੀਂ ਆਏਗੀ, ਕੰਮ ਚੱਲਦਾ ਰਹੇਗਾ। ਸੋ ਜਿੱਥੋਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸੀਂ 550 ਜਨਮ ਦਿਹਾੜਾ ਮਨਾ ਰਹੇ ਹਾਂ, ਉਹ ਜਿਹੜਾ ਇੰਡੀਆ ਚ ਨਹੀਂ ਮਨਾਇਆ ਜਾ ਰਿਹਾ, ਸਾਰੇ ਵਰਲਡ ਚ ਮਨਾਇਆ ਜਾ ਰਿਹਾ। ਸੋ ਉਹਨਾਂ ਨੇ ਸਾਰੇ ਵਰਲਡ ਨੂੰ ਉਹਨਾਂ ਦੀ ਦੇਣ ਹੈ, ਗੁਰੂ ਨਾਨਕ ਦੇਵ ਜੀ ਦੀ ਮਾਨਵਤਾ ਦਾ ਸੰਦੇਸ਼ ਉਹਨਾਂ ਦਿੱਤਾ, ਬੜੀਆਂ ਉਹਨਾਂ ਦੀ ਬੜੀ ਦੇਣ ਆ। ਸੋ ਇਸ ਕਰਕੇ ਇਹ ਸਾਰਿਆਂ ਨੇ ਰਲ ਮਿਲ ਕੇ ਮਨਾਉਣਾ, ਇਹਦੇ ਚ ਕੋਈ ਪਾਰਟੀਬਾਜ਼ੀ ਨਹੀਂ, ਨਾ ਹੀ ਇਹਦੇ ਚ ਕੋਈ ਵਾਂਡਿਆ ਮੁਲਕਾਂ ਲਈ ਕੋਈ ਵਾਂਡਿਆ। ਮੈਂ ਅੱਜ ਉਹਨਾਂ ਦੀ ਪਾਕਿਸਤਾਨ ਵਾਲਿਆਂ ਦੀ ਸਟੇਟਮੈਂਟ ਆਈ ਆ ਵੀ ਇਸ ਕੰਮ ਚ ਜਿਹੜਾ ਉਹ ਕੰਮ ਚਾਲੂ ਰਹੂਗਾ। 370 ਨੂੰ ਲੈ ਕੇ ਦੇਖੋ, ਇਹ ਸਾਡੇ ਆਪਣੇ ਦੇਸ਼ ਦਾ ਜ਼ਰੂਰੀ ਮਸਲਾ 370 ਦਾ। ਪਾਕਿਸਤਾਨ ਨੇ ਜਲਦਬਾਜ਼ੀ ਚਾੜ ਕੇ ਜਿਹੜਾ ਸਟੈਪ ਲਿਆ, ਇਹਦੇ ਨਾਲ ਦੋਵਾਂ ਮੁਲਕਾਂ ਦਾ ਨੁਕਸਾਨ ਹੈ, ਇਹ ਇਕੱਲਾ ਇੰਡੀਆ ਦਾ ਨੁਕਸਾਨ ਨਹੀਂ, ਪਾਕਿਸਤਾਨ ਦਾ ਆਪਣਾ ਵੀ ਨੁਕਸਾਨ ਆ। ਤੁਸੀਂ ਵਪਾਰ ਬੰਦ ਕਰ ਲਓ, ਤੁਸੀਂ ਫਲਾਈਟਾਂ ਜਿਹੜੀਆਂ ਉੱਤੋਂ ਲੰਘਦੀਆਂ ਉਹ ਬੰਦ ਕਰਾ ਦਿਓ, ਤੁਸੀਂ ਰੇਲ ਬੰਦ ਕਰਾ ਦਿਓ। ਜੇ ਇੰਡੀਆ ਦਾ ਨੁਕਸਾਨ ਹੈ, ਤੁਸੀਂ ਜ਼ਿਆਦਾ ਪਾਕਿਸਤਾਨ ਦਾ ਵੀ ਨੁਕਸਾਨ ਹੈ। ਇਹਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ, ਜਲਦਬਾਜ਼ੀ ਚ ਆਉਣਾ ਨਹੀਂ ਚਾਹੀਦਾ।